ਹੈਲੋ ਦੋਸਤੋ ਇਹ ਹੈ ਮਹਿਰਾ ਵੀਡੀਓਜ਼ ਦਾ ਹੈਲਪਲੈਸ ਦੋਤੋਂ ਹੁੰਦੇ ਚੈਪਟਰ ਦੇ ਵਿੱਚ ਆਪਾਂ ਇੱਕ ਲੋਕਲ ਜੌਬ ਦੀ ਗੱਲ ਕਰਾਂਗੇ ਦੋਤੋਂ ਇਹ ਜੋ ਜੌਬ ਹੈ ਇਹ ਸਿਰਫ ਬਠਿੰਡਾ ਤੇ ਮਾਨਸਾ ਜ਼ਿਲ੍ਹੇ ਵਾਸਤੇ ਆ ਦੋਤੋਂ ਬਠਿੰਡਾ ਤੇ ਮਾਨਸਾ ਜ਼ਿਲ੍ਹੇ ਦਾ ਕੋਈ ਵੀ ਕੈਂਡੀਡੇਟ ਨੂੰ ਅਪਲਾਈ ਕਰ ਸਕਦਾ ਹੈ ਖੋਰ ਕਿਤੋਂ ਦਾ ਵੀ ਕੋਈ ਵੀ ਕੈਂਡੀਡੇਟ ਨੂੰ ਅਪਲਾਈ ਨਹੀਂ ਕਰ ਸਕਦਾ ਦੋਸਤੋ ਦੇਖੋ ਇਹਦੇ ਵਿੱਚ ਟੋਟਲ 10 ਕੈਂਡੀਡੇਟ ਚਾਹੀਦੇ ਨੇ ਬਠਿੰਡੇ ਵਾਸਤੇ ਅੱਡੇ ਚਾਹੀਦੇ ਨੇ ਤੇ ਮਾਨਸਾ ਜ਼ਿਲ੍ਹੇ ਵਾਸਤੇ ਅੱਡੇ ਚਾਹੀਦੇ ਨੇ ਦੋਸਤੋ ਪੂਰੇ ਜ਼ਿਲ੍ਹੇ ਵਾਸਤੇ ਇਹਦੇ ਵਿੱਚ ਕੀ ਹੋਏਗਾ ਦੋਸਤੋ ਦੇਖੋ ਇਹਦੇ ਵਿੱਚ ਤੁਹਾਡੀ ਫੀਲਡ ਜੌਬ ਹੋਏਗੀ ਇਹਦੇ ਵਿੱਚ ਜਿਹੜਾ ਆਯੂਸ਼ਮਨ ਭਾਰਤ ਦੋਸਤੋ ਆਯੂਸ਼ਮਨ ਭਾਰਤ ਦੇ ਤਹਿਤ ਜਿਹੜੇ ਇੱਕ ਸਰਕਾਰੀ ਕਾਰਡ ਬੰਦੇ ਨੇ ਜਿਹੜੇ ਕਿ ਹੈਲਥ ਕਾਰਡ ਬੰਦੇ ਨੇ ਜਿਨ੍ਹਾਂ ਦੇ ਵਿੱਚ ਕੈਂਡੀਡੇਟ ਨੂੰ 5 ਲੱਖ ਤੱਕ ਦਾ ਬੀਮਾ ਦਿੱਤਾ ਜਾਂਦਾ ਦੋਸਤੋ ਉਹ ਤੁਹਾਨੂੰ ਪਤਾ ਹੀ ਹੋਏਗਾ ਕਿ ਹੈਲਥ ਦਾ ਇੱਕ ਇਨਸ਼ੋਰ ਮਤਲਬ ਕਿ ਬੀਮਾ ਬ ਉਦੇ ਲਈ ਜ਼ਰੂਰਤ ਹੈ ਦੋਸਤੋ ਕੈਂਡੀਡੇਟਸ ਦੀ ਦੇਖੋ ਇਸ ਤਰ੍ਹਾਂ ਦੀ 10 ਕੈਂਡੀਡੇਟ ਹੋਣੇ ਚਾਹੀਦੇ ਨੇ 5 ਮਾਨਸਾ ਜ਼ਿਲ੍ਹਾ ਵਾਸਤੇ ਤੇ 5 ਬਠਿੰਡਾ ਜ਼ਿਲ੍ਹਾ ਵਾਸਤੇ ਤੇ ਦੋਸਤੋ ਜੋ ਕੈਂਡੀਡੇਟ ਹੈ ਕੈਂਡੀਡੇਟ ਦੇ ਕੋਲੇ ਇੱਕ ਲੈਪਟਾਪ ਜ਼ਰੂਰ ਹੋਣਾ ਚਾਹੀਦਾ ਦੇਖੋ ਦੋਸਤੋ ਕੈਂਡੀਡੇਟ ਦੇ ਕੋਲੇ ਲੈਪਟਾਪ ਜ਼ਰੂਰ ਹੋਣਾ ਚਾਹੀਦਾ ਤੇ ਲੈਪਟਾਪ ਨੂੰ ਚਾਹੇ ਤੁਸੀਂ ਆਪਣੇ ਮੋਬਾਈਲ ਦੇ ਨਾਲ ਕਨੈਕਟ ਕਰ ਲਓ ਚਾਹੇ ਜਿਵੇਂ ਮਰਜ਼ੀ ਤੇ ਦੋਸਤੋ ਤੁਸੀਂ ਉਹਦੇ ਉੱਤੇ ਨੈਟ ਜ਼ਰੂਰ ਚਲਾਣਾ ਚਲਾਣਾ ਹੋਣਾ ਚਾਹੀਦਾ ਮਤਲਬ ਕਿ ਚੱਲਦਾ ਤੁਹਾਡੇ ਲੈਪਟਾਪ ਦੇ ਉੱਤੇ ਨੈਟ ਜ਼ਰੂਰ ਚੱਲਦਾ ਹੋਵੇ ਤੇ ਦੋਸਤੋ ਇਹ ਕੰਡੀਸ਼ਨ ਹੈ ਬਾਕੀ ਦੇਖੋ ਲੈਪਟਾਪ ਤੁਹਾਡਾ ਹੋਏਗਾ ਦੋਸਤੋ ਬਾਕੀ ਪ੍ਰਿੰਟਰ ਤੇ ਬਾਇਓਮੈਟ੍ਰਿਕ ਉਹ ਤੁਹਾਨੂੰ ਸਰਕਾਰ ਵੱਲੋਂ ਖੁਦ ਆਏਗਾ ਦੋਸਤੋ ਦੇਖੋ ਜੇਕਰ ਤੁਸੀਂ ਆਪਣਾ ਬਾਇਓ ਡਾਟਾ ਅੱਗੇ ਭੇਜ ਦਿਓ ਤਾਂ ਤੁਹਾਨੂੰ ਲੈਪਟਾਪ ਤਾਂ ਤੁਹਾਡਾ ਹੋਏਗਾ ਤੇ ਬਾਕੀ ਜਿਹੜੀ ਬਾਇਓਮੈਟ੍ਰਿਕ ਹੈ ਤੇ ਪ੍ਰਿੰਟਰ ਹੈ ਦੋਸਤੋ ਉਹ ਤੁਹਾਨੂੰ ਅੱਗੋਂ ਦਿੱਤਾ ਜਾਏਗਾ ਤੇ ਦੋਸਤੋ ਇਸ ਤਰ੍ਹਾਂ ਤੁਸੀਂ ਕੰਮ ਕਰੋਗੇ ਤੇ ਕੰਮ ਕਰਨ ਤੇ ਦੋਸਤੋ ਇੱਕ ਗੱਲ ਹੋਰ ਇਹ ਜੋ ਕੰਮ ਹੈ ਕੋਈ ਜ਼ਿਆਦਾ ਲੰਬਾ ਕੰਮ ਨਹੀਂ ਹੈ ਕੋਈ ਵੱਧ ਤੋਂ ਵੱਧ 6 ਮਹੀਨਿਆਂ ਤੱਕ ਦਾ ਕੰਮ ਹੈ ਦੋਸਤੋ ਇਹਦੇ ਵਿੱਚ ਤੁਹਾਡੀ ਜੋ ਸੈਲਰੀ ਹੋਏਗੀ ਉਹ ਜ਼ਿਆਦਾ ਤੋਂ ਜ਼ਿਆਦਾ 9000 ਤੱਕ ਦੀ ਸੈਲਰੀ ਦੋਸਤੋ ਹੋਏਗੀ ਤੁਹਾਡੀ ਉਹ ਹੋਏਗੀ 9000 ਰੁਪਏ ਮਹੀਨਾ ਜਦੋਂ 9000 ਰੁਪਏ ਮਹੀਨੇ ਦੀ ਤੁਹਾਡੀ ਸੈਲਰੀ ਹੋਏਗੀ ਤੇ ਦੋਸਤੋ ਇਹਦੇ ਵਿੱਚ ਕੰਮ ਇਸ ਤਰ੍ਹਾਂ ਦਾਗਾ ਮੰਨ ਲਓ ਤੁਹਾਡੀ ਡਿਊਟੀ ਅੱਜ ਇੱਕ ਪਿੰਡ ਦੇ ਵਿੱਚ ਲੱਗੀ ਤੇ ਕੱਲ ਨੂੰ ਕਿਸੇ ਹੋਰ ਪਿੰਡ ਦੇ ਵਿੱਚ ਲੱਗੀ ਪਰਸੋਂ ਕਿਸੇ ਹੋਰ ਪਿੰਡ ਦੇ ਵਿੱਚ ਲੱਗੀ ਤਾਂ ਦੋਸਤੋ ਇਸ ਤਰ੍ਹਾਂ ਦੀ ਡਿਊਟੀ ਹੈ ਇਸ ਕਰਕੇ ਦੇਖੋ ਤੁਹਾਡੇ ਕੋਲੇ ਲੈਪਟਾਪ ਹੀ ਹੋਣਾ ਚਾਹੀਦਾ ਜੇਕਰ ਕਿਸੇ ਕੋਲੇ ਕੰਪਿਊਟਰ ਹੈ ਤਾਂ ਦੋਸਤੋ ਉਹ ਨਹੀਂ ਚਾਹੀਦਾ ਕਿਉਂਕਿ ਦੇਖੋ ਕੰਪਿਊਟਰ ਨੂੰ ਆਪਾਂ ਇੱਕ ਥਾਂ ਤੋਂ ਦੂਸਰੀ ਥਾਂ ਤੇ ਇੰਨਾ ਜ਼ਿਆਦਾ ਨਹੀਂ ਲੈ ਜਾ ਸਕਦੇ ਬਟ ਜਿਹੜਾ ਲੈਪਟਾਪ ਹੋਏਗਾ ਉਹਨੂੰ ਆਪਾਂ ਇੱਕ ਥ ਆਸਾਨੀ ਨਾਲ ਲਿਜਾ ਸਕਦੇ ਆ ਤੇ ਦੋਸਤੋ ਦੇਖੋ ਹੁਣ ਤੁਸੀਂ ਅਪਲਾਈ ਕਿਵੇਂ ਕਰਨਾ ਹੈ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਇੱਕ ਨੰਬਰ ਦਿੱਤਾ ਹੋਇਆ ਹੈ ਦੋਸਤੋ ਉੱਥੇ ਤੁਸੀਂ ਕੀ ਕਰਨਾ ਹੈ ਦੇਖੋ ਇਸ ਤਰ੍ਹਾਂ ਸਭ ਤੋਂ ਪਹਿਲਾਂ ਤੁਸੀਂ ਆਪਣਾ ਨਾਮ ਲਿਖਣਾ ਹੈ ਫਿਰ ਆਪਣਾ ਫਾਦਰ ਨੇਮ ਲਿਖਣਾ ਹੈ ਦੋਤੋ ਫਿਰ ਆਪਣਾ ਫਾਦਰ ਨੇਮ ਲਿਖਣਾ ਹੈ ਫਿਰ ਤੁਹਾਡਾ ਜੋ ਕੰਟੈਕਟ ਨੰਬਰ ਹੈ ਦੋਸਤੋ ਤੁਸੀਂ ਉਹ ਲਿਖਣਾ ਹੈ ਦੋਤੋ ਤੁਸੀਂ ਇੱਥੇ ਆਪਣਾ ਕੰਟੈਕਟ ਨੰਬਰ ਲਿਖ ਦੇਣਾ ਹੈ ਕੰਟੈਕਟ ਨੰਬਰ ਦੇ ਦੋਸਤੋ ਉਸ ਤੋਂ ਬਾਅਦ ਤੁਹਾਡਾ ਆ ਜਾਏਗਾ ਆਧਾਰ ਕਾਰਡ ਦੋਸਤੋ ਦੇਖੋ ਬਸ ਤੁਸੀਂ ਇਹ ਚਾਰ ਚੀਜ਼ਾਂ ਲਿਖ ਕੇ ਉਸ ਨੰਬਰ ਦੇ ਉੱਤੇ WhatsApp ਕਰ ਦੇਣੀਆਂ ਨੇ ਠੀਕ ਹੈ ਤੇ ਦੋਸਤੋ ਇਹ ਜੋ ਕੈਂਡੀਡੇਟ ਚਾਹੀਦੇ ਨੇ ਦੋਸਤੋ ਜਦੋਂ ਵੀ ਪੂਰੇ ਹੋਗੇ ਬਸ ਜੋਬ ਉਹਦੀ ਖਤਮ ਹੋ ਜਾਏਗੀ ਜਲਦੀ ਤੋਂ ਜਲਦੀ ਜ਼ਰੂਰਤ ਹੈ ਦੋਸਤੋ ਜਲਦੀ ਤੋਂ ਜਲਦੀ ਕਿਉਂਕਿ ਜਿਹੜੀ ਤੁਹਾਡੀ ਡਿਊਟੀ ਲੱਗੇਗੀ ਇਹ ਮੰਡੇ ਤੋਂ ਸਟਾਰਟ ਹੋ ਜਾਣੀ ਹੈ ਦੋਸਤੋ ਮੰਡੇ ਨੂੰ ਹੀ ਤੁਹਾਨੂੰ ਅੱਗੋਂ ਕੰਪਨੀ ਵੱਲੋਂ ਕਾਲ ਆ ਜਾਏਗੀ ਤੇ ਮੰਡੇ ਨੂੰ ਹੀ ਤੁਹਾਡੀ ਜੋ ਜੁਆਇਨਿੰਗ ਹੈ ਉਹ ਸਟਾਰਟ ਹੋ ਜਾਏਗੀ ਦੋਸਤੋ ਇੱਕ ਦੋ ਦਿਨਾਂ ਦੀ ਤੁਹਾਨੂੰ ਟ੍ਰੇਨਿੰਗ ਵੀ ਦਿੱਤੀ ਜਾਏਗੀ ਟ੍ਰੇਨਿੰਗ ਤੋਂ ਬਾਅਦ ਫਿਰ ਦੋਸਤੋ ਤੁਹਾਨੂੰ ਦੱਸ ਦਿੱਤਾ ਜਾਏਗਾ ਕਿ ਤੁਹਾਡਾ ਕਿਸ ਤਰ੍ਹਾਂ ਦਾ ਕੰਮ ਹੈ ਬਾਕੀ ਜੋ ਵੀ ਪ੍ਰਿੰਟਰ ਹੈ ਤੇ ਬਾਇਓਮੈਟ੍ਰਿਕਾ ਹੋ ਉਹ ਤੁਹਾਨੂੰ ਮਿਲ ਜਾਣਗੇ ਤੇ ਤੁਹਾਡੀਆਂ ਡਿਊਟੀਆਂ ਜੋ ਹੋ ਮੰਡੇ ਤੋਂ ਹੀ ਸਟਾਰਟ ਹੋ ਜਾਏਗੀ ਇਸ ਕਰਕੇ ਤੁਸੀਂ ਜੋ ਵੀ ਮੈਨੂੰ ਤੁਸੀਂ ਜੋ ਵੀ ਸਾਨੂੰ ਇਹ ਡਿਟੇਲ ਭੇਜਣੀ ਹੈ ਦੋਸਤੋ ਉਹ ਜਲਦੀ ਤੋਂ ਜਲਦੀ ਭੇਜਣੀ ਹੈ ਤੇ ਦੋਸਤੋ ਇਹੀ ਇੱਕ ਛੋਟਾ ਜਿਹਾ ਚੈਪਟਰ ਸੀ ਬਾਕੀ ਆਪਾਂ ਮਿਲਦੇ ਹਾਂ ਬਹੁਤ ਜਲਦੀ ਇੱਕ ਨਵੀਂ ਜੌਬ ਦੇ ਨਾਲ ਤਦ ਤੱਕ